ਮੋਹਾਲੀ ਵਿਚ ਦਿਨ ਦਿਹਾੜੇ ਚੋਰਾਂ ਵੱਲੋਂ ਇੱਕ ਮਕਾਨ ਤੇ ਹੱਥ ਸਾਫ਼ ਕਰ ਦਿੱਤਾ ਜਿੱਥੇ ਹਜ਼ਾਰਾਂ ਰੁਪਏ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਇੱਕ ਔਰਤ ਘਰ ਵਿਚ ਇਕੱਲੀ ਸੀ। ਉਹ ਕਿਸੇ ਕੰਮ ਲਈ ਕੁਝ ਸਮੇਂ ਲਈ ਬਾਹਰ ਗਈ ਸੀ। ਜਦੋਂ ਵਾਪਸ ਆ ਕੇ ਦੇਖਿਆ ਘਰ ਦੇ ਦਰਵਾਜ਼ੇ ਟੁੱਟੇ ਹੋਏ ਸਨ ਤੇ ਸਾਰਾ ਸਮਾਨ ਘਰ ਦਾ ਬਿਖਰਿਆ ਪਿਆ ਸੀ। ਇਸ ਸੰਬੰਧੀ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ। ਔਰਤਾਂ ਨੂੰ ਸੁਣਾਉਂਦੇ ਹਾਂ ਪੀੜਿਤ ਔਰਤ ਕੀ ਜਾਣਕਾਰੀ ਦੇ ਰਹੀ ਹੈ ਅਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸੰਬੰਧੀ SHO ਗਗਨਦੀਪ ਕੀ ਜਾਣਕਾਰੀ ਦੇ ਰਹੇ ਹਨ? ਅੱਜ ਸਵੇਰੇ ਮੈਂ ਆਪਣੀ ਬੇਟੀ ਨੂੰ ਦਵਾਈ ਦਵਾਉਣ ਗਈ, ਮਤਲਬ ਕਿ 10 ਕੁ ਵਜੇ ਘਰ ਤੋਂ, 4 ਕੁ ਵਜੇ ਮੈਂ ਵਾਪਸ ਵੀ ਆ ਗਈ। ਜਦ ਦੇਖਿਆ ਤਾਂ ਲੋਕ ਟੁੱਟਿਆ ਹੋਇਆ ਸੀ ਜੀ। ਮੇਨ ਗੇਟ ਦਾ ਜੀ? ਨਹੀਂ, ਅੰਦਰ ਲੱਗ ਟੁੱਟਿਆ ਹੋਇਆ ਸੀ, ਮੇਨ ਗੇਟ ਦਾ ਲੱਗਿਆ ਹੋਇਆ ਸੀ, ਸੋਨੇ ਦਾ ਪਿਆ ਸੀ ਜਿਹੜਾ, ਉਹ ਨਹੀਂ ਹੈ। ਕਿੰਨਾ ਨੁਕਸਾਨ ਲੱਗਦਾ ਵੀ ਹੋਇਆਗਾ ਜੀ? ਹੋਣਾ ਹੀ ਘੱਟੋ ਘੱਟ 50,000-60,000 ਦਾ ਤਾਂ ਹੋਣਾ ਹੀ ਹੈ ਜੀ। ਅੱਜ ਕੱਲ ਨਗਦੀ ਵੀ ਚੱਕੀ ਹੈ? ਨਹੀਂ, ਨਗਦੀ ਨਹੀਂ ਹੈ। ਫੁੱਲੇ ਪਏ, ਵੈਸੇ ਕੱਪੜੇ ਕੁਪੜੇ ਸਾਰੇ ਫੁੱਲੇ ਪਏ ਆ ਜੀ, ਲੰਬਾਰੀਆਂ ਦੋਨੋਂ ਫੁੱਲੀਆਂ ਹੋਈਆਂ, ਸਾਰੇ ਲੋਕ ਲੁਕ ਖੋਲੇ ਹੋਏ, ਮੇਰੇ ਕਾਗਜ਼ ਪੱਤਰ ਪਏ ਜਿਹੜੇ ਸਾਰੇ ਮਤਲਬ ਕਿ ਗੇਰੇ ਹੋਏ ਆਲੇ ਦੁਆਲੇ ਸੁੱਟੇ ਹੋਏ ਉਹਨਾਂ ਨੇ। ਹਾਂਜੀ, ਪਹਿਲਾਂ ਵੀ ਹੋ ਗਿਆ ਸਾਲ ਕੁ, ਜਾਂ ਸਾਡੀਆਂ ਟੁੱਟੀਆਂ ਟੱਟੀਆਂ ਸਾਰੀਆਂ ਖੋਲ ਕੇ ਲੈ ਗਏ ਸੀ ਜੀ, ਤੇ ਪੜਦੇ ਵੀ ਪਏ ਸੀ, ਨਵੇਂ ਚਾਦਰਾਂ ਚੂਦਰਾਂ, ਮੇਰਾ ਸਮਾਨ ਪਿਆ ਸੀ ਨਵਾਂ, ਹਜੇ ਅਸੀਂ ਆਏ ਨਹੀਂ ਸੀ ਉਦੋਂ, ਮਤਲਬ ਕਿ ਚੱਕ ਲੈ ਗਏ ਸੀ। ਹਾਂਜੀ, ਇਸ ਵਾਰੀ ਮੈਂ ਕੀਤਾ, ਪਹਿਲਾਂ ਨਹੀਂ ਮੈਂ ਕੀਤਾ ਸੀ, ਚਲੋ ਮੈਂ ਕਿਹਾ ਕੋਈ ਨਹੀਂ ਹੁਣ ਮੈਂ ਕੀਤਾ। ਮਤਲਬ ਆਏ ਸੀ ਉਹਨਾਂ ਨੇ, ਮਤਲਬ ਕਿ ਕਹਿ ਰਹੇ ਸ਼ੱਕ ਆ ਕਿਸੇ ਤੇ ਤਾਂ ਦੱਸੋ, ਹੁਣ ਮੈਨੂੰ ਮਤਲਬ ਕਿ ਕਿਸੇ ਤੇ ਨਹੀਂ ਸ਼ੱਕ, ਮੈਂ ਕੀ ਕਹਿ ਦਿੰਦੇ ਉਹਨਾਂ ਨੂੰ। ਹੁਣ ਉੱਤੇ ਦੇਖੋ ਚੱਪਲ ਦਾ ਵੀ ਨਿਸ਼ਾਨ ਆਇਆ ਹੋਇਆ ਉਹਦੇ ਤੇ, ਦੇਖੋ ਲੋਕ ਤੋੜਿਆ ਹੋਇਆ, ਲੋਕ ਵੀ ਨਹੀਂ ਹੈਗਾ, ਲੋਕ ਵੀ ਨਾਲੇ ਚੁੱਕ ਕੇ ਲੈ ਗਏ। ਥੋੜੀ ਆਵਾਜ਼ ਆਈ ਸੀਗੀ, ਕੋਈ ਖੜਕਾ ਹੋਇਆ ਸੀ, ਤੇ ਫਿਰ ਅਸੀਂ ਸੋਚਿਆ ਵੀ ਕੋਈ ਵੈਸੇ ਹੀ ਖੜਕਾ ਹੋ ਰਿਹਾ, ਅਸੀਂ ਅੰਦਰੇ ਬੈਠੇ ਸੀਗੇ, ਅਸੀਂ ਸੋਚਿਆ ਵੈਸੇ ਹੀ ਖੜਕਾ ਹੁੰਦਾ ਹੈ, ਤੇ ਬਾਅਦ ਵਿੱਚ ਅਸੀਂ ਲੰਘੇ ਥੋੜੀ ਦੇਰ ਬਾਅਦ ਤਾਂ ਇਹਨਾਂ ਦੇ ਅੱਗੇ ਤਾਲਾ ਲੱਗਿਆ ਹੋਇਆ ਸੀ, ਤੇ ਤਾਂ ਕਰਕੇ ਫਿਰ ਧਿਆਨ ਨਹੀਂ ਦਿੱਤਾ ਹੈਗਾ ਵੀ ਤਾਲਾ ਹੈ। ਵੈਸੇ ਹੀ ਨਹੀਂ, ਮੇਨ ਗੇਟ ਦਾ ਨੀ, ਅੰਦਰੋਂ ਆ ਕੇ ਤਾਲਾ ਤੋੜਿਆ, ਹਲੇ ਤਾਂ ਕੋਈ ਮੈਨੂੰ ਦਿਖਦਾ ਨਹੀਂ ਹੈ, ਵੈਸੇ ਕੋਈ ਹੋਰ ਇਧਰੋਂ ਉਧਰੋਂ ਹੋਵੇ ਤਾਂ ਪਤਾ ਨੀ, ਇਧਰੋਂ 3-4 ਘਰ ਹੈ। ਹਾਂਜੀ, ਆਪਣੇ ਬੇਟੀ ਨੂੰ ਲੈਣ ਗਏ ਸੀਗੇ ਜੀ, ਤੇ ਟਿਊਸ਼ਨ ਵਗੈਰਾ ਛੱਡਣ ਗਏ ਸੀ ਬੱਚਿਆਂ ਨੂੰ, ਤੇ ਸ਼ਾਮੀ ਜਦੋਂ 4 ਵਜੇ ਉਹਨਾਂ ਨੇ ਆ ਕੇ ਵੇਖਿਆ ਤੇ ਉਹਨਾਂ ਦੇ ਘਰ ਦੇ ਅੰਦਰਲਾ ਕੁੰਡੇ ਦਾ ਜੰਦਾ ਟੁੱਟਿਆ ਹੋਇਆ ਸੀਗਾ, ਤੇ ਅਲਮਾਰੀ ਦੇ ਵਿੱਚ ਫੋਲੀ ਹੋ ਰੱਖੀ ਸੀਗੀ ਜੀ। ਤੇ ਅਕੋਰਡਿੰਗ ਟੂ ਉਹ ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਇੱਕ ਟੁੰਮਾਂ ਜਿਹੜੀਆਂ ਹੈਗੀਆਂ ਨੇ ਕੰਨਾਂ ਦੀਆਂ ਉਹ ਉੱਥੇ ਨਹੀਂ ਹੈਗੀਆਂ, ਅਤੇ ਅੰਗੂਠੀ ਬਾਰੇ ਦੱਸਿਆ ਅਤੇ ਹੋਰ ਘਰ ਦਾ ਕੋਈ ਸਾਜੋ ਸਮਾਨ ਬਾਰੇ ਉਹਨੇ ਦੱਸਿਆ ਵੀ ਇਹ ਉੱਥੇ ਨਹੀਂ ਪਾਇਆ ਗਿਆ। ਹਾਂਜੀ, ਬਾਕੀ ਸਾਡੇ IO ਗਏ ਹੈਗੇ ਨੇ ਉੱਥੇ, ਮੈਂ ਵੀ ਮੌਕਾ ਦੇਖਿਆ ਹੈਗਾ, IO ਵੀ ਗਿਆ ਹੈਗਾ, ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ, ਕੰਮ ਸ਼ਾਇਦ ਲੱਗ ਰਿਹਾ ਵੀ ਕੋਈ ਨੋਨ ਹੈਗਾ ਜਿਹਨੂੰ ਪਤਾ ਹੈ, ਕਿਉਂਕਿ ਘਰ ਦੇ ਹੋਰ ਕਿਸੇ ਦਰਵਾਜ਼ੇ ਜਾਂ ਕਮਰਾ ਨਹੀਂ ਖੁੱਲਿਆ, ਕੇਵਲ ਇੱਕ ਅਲਮਾਰੀ ਖੁੱਲ ਰੱਖੀ ਹੈਗੀ ਆ। ਵੈਰੀਫਾਈ ਕਰ ਰਹੇ ਆ ਗਲੀ ਦੇ ਵਿੱਚ ਜਿੰਨੇ CCTV ਫੁਟੇਜ ਕੈਮਰਾ ਹੈਗੇ ਆ, ਆਪਾਂ ਉਹ ਵੀਡੀਓ ਚੈੱਕ ਕਰਕੇ ਫਿਰ ਜਿੱਦਾਂ ਹੁੰਦਾ ਫਿਰ ਅਪਡੇਟ ਕਰ ਸਕਦੇ ਜੀ, ਪੂਰੇ ਐਫਰਟ ਕਰਾਂਗੇ ਜੀ ਤਾਂ ਕਿ ਕਿਤੇ ਦੁਬਾਰਾ ਕਿਸੇ ਹੋਰ ਘਰ ਦੇ ਵਿੱਚ ਐਸੀ ਕੋਈ ਵਾਰਦਾਤ ਨਾ ਹੋ ਸਕੇ, ਤੇ ਜਲਦ ਤੋਂ ਜਲਦ ਸਾਡਾ ਇਹੀ ਐਫਰਟ ਰਹੇਗਾ ਵੀ ਜਿਹੜੇ ਵੀ ਦੋਸ਼ੀ ਹੈਗੇ ਇਹਨੂੰ ਫੜ ਲਿੱਤਾ ਜਾਵੇ।